ਬਾਲਕ ਨਾਥ ਕਹਿੰਦੇ ਦੱਸੋ ਤੇ ਸਹੀ ਕਿਹੜੇ ਕੰਮ ਨਹੀਂ ਹੋਣੇ। ਕਹਿੰਦੇ ਬਾਲਕ ਨਾਥ ਦਰ ਦਰ ਟੁਕੜੇ ਮੰਗਣੇ ਪੈਣੇ ਭੁੱਖਿਆਂ ਸੋਣਾ। ਕੋਈ ਗੱਲ ਨਹੀਂ, ਜਿਹਦੀ ਜਿੱਥੇ ਲੱਗੀ ਹੈ ਲੱਗੀ ਰਹਿਣ, ਜਿਹਦੀ ਜਿੱਥੇ ਜਿਹਨੂੰ ਜਿੱਥੇ ਮਜ਼ਾ ਆਉਂਦਾ ਆਉਣ ਦਿਓ। ਤੈਨੂੰ ਸਾਧ ਨਾਲ ਕੀ, ਤੈਨੂੰ ਚੋਰ ਨਾਲ ਕੀ, ਤੈਨੂੰ ਸਾਧ ਨਾਲ ਕੀ, ਤੈਨੂੰ ਚੋਰ ਨਾਲ ਕੀ, ਉਹ ਤੂੰ ਆਪਣੀ ਨਾ ਬੇੜ, ਤੈਨੂੰ ਹੋਰ ਨਾਲ ਕੀ। ਮੋਢੇ ਤੇ ਥਾਂ ਆ ਕੇ ਬਹਿ ਗਿਆ, ਤੂੰ ਕਿਉਂ ਆਇਆ? ਕਾਂ ਕਹਿੰਦਾ ਫਰੀਦ ਤੈਨੂੰ ਕੀ, ਤੂੰ ਜਿਹੜਾ ਕੰਮ ਕਰਦਾ ਕਰੀ ਜਾ, ਮੈਂ ਜੋ ਕਰਨ ਆਇਆ ਕਰਕੇ ਜਾਣਾ। ਤੂੰ ਕਰਨ ਕੀ ਆਇਆ ਹੁਣ ਹੀ ਦੱਸਦਾ ਮੈਂ। ਕਹਿ ਅੱਲਾ ਬਾਬਾ ਫਰੀਦ, ਅੱਲਾ 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 ਅੱਲਾ। ਕਾਂ ਪੈਰ ਤੇ ਚੁੰਝ ਮਾਰਦਾ, ਪਹਿਲੀ ਪਹਿਲੀ ਚੁੰਝ ਪੈਰ ਤੇ, ਸੱਜੇ ਪੈਰ ਤੇ ਚੁੰਝ ਮਾਰੀ। ਫਰੀਦ ਦੇ ਮੂੰਹ ਵੱਲ ਵੇਖੀ ਜਾਂਦਾ ਕਾਂ ਚੁੰਝ ਮਾਰ ਕੇ। ਫਰੀਦ ਨੇ ਹੌਲੀ ਜੀ ਕਿਹਾ ਅੱਲਾ। ਕਾਂ ਰੁਕ ਗਿਆ, ਫਿਰ ਚੁੰਝ ਮਾਰੀ। ਫਰੀਦ ਦੇ ਮੂੰਹ ਵੱਲ ਵੇਖਦਾ ਫਰੀਦ, ਫਿਰ ਕਹਿੰਦਾ ਅੱਲਾ। ਫਿਰ ਚੁੰਝ ਮਾਰੀ ਅੱਲਾ, ਫਿਰ ਚੁੰਝ ਮਾਰੀ ਅੱਲਾ, ਫਿਰ ਚੁੰਝ ਮਾਰੀ ਅੱਲਾ। ਫਰੀਦ ਨੇ ਕਾਂ ਨੂੰ ਪੁੱਛਿਆ ਜਦੋਂ ਤੂੰ ਚੁੰਝ ਮਾਰਦਾ ਮੇਰੇ ਮੂੰਹ ਵੱਲ ਕਿਉਂ ਵੇਖਦਾ? ਕਹਿੰਦਾ ਮੈਨੂੰ ਅੱਲਾ ਨੇ ਕਿਹਾ ਏ ਕਿ ਫਰੀਦ ਨੂੰ ਦੁੱਖ ਦੇ, ਫਰੀਦ ਨੂੰ ਦੁੱਖ ਦੇ, ਤੇ ਦੇਖ ਉਹਦੀ ਜ਼ੁਬਾਨ ਚੋਂ ਅੱਲਾ ਨਿਕਲਦਾ ਏ ਤਾਂ ਹਾਂ ਨਿਕਲਦਾ। ਫਰੀਦ ਦੇ ਮੂੰਹ ਚੋਂ ਹਾਂ ਨਹੀਂ ਨਿਕਲਿਆ, ਅੱਲਾਹ ਨਿਕਲਿਆ। ਜਿਹੜਾ ਦੁੱਖ ਵੇਲੇ ਆਪਣੇ ਗੁਰੂ ਨੂੰ ਯਾਦ ਕਰੇ ਉਹਨੂੰ ਦੁਨੀਆ ਯਾਦ ਕਰਦੀ ਏ, ਤੇ ਜਿਹੜਾ ਦੁੱਖ ਵੇਲੇ ਹਾਂ ਕੱਟੇ ਲਾਂਬਾ ਕੱਟੇ ਉਹਨੂੰ ਇੱਥੇ ਵੀ ਢੋਈ ਨਹੀਂ ਉਹਨੂੰ ਉੱਥੇ ਵੀ। ਬਾਬਾ ਫਰੀਦ ਚੁੰਝ ਮਾਰਦਾ ਅੱਲਾ 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 ਅੱਲਾ। ਰੁਕਦਾ ਕਾਂ ਕਹਿੰਦਾ ਮੈਂ ਸਾਰਾ ਮਾਸ ਖਾਧਾ ਤੂੰ ਰੋਕਿਆ ਨਹੀਂ, ਹੁਣ ਤੇਰੀ ਅੱਖ ਨੂੰ ਚੁੰਝ ਮਾਰਨ ਲੱਗਾ, ਕਿਉਂ ਰੋਕਦਾ? ਉਹਨੂੰ ਦੇਖਣ ਦਾ ਦਿਲ ਕਰਦਾ ਚੁੰਝ ਨਾ ਮਾਰੀ ਮੇਰੀ ਅੱਖਾਂ ਤੇ, ਮੈਂ ਤੈਨੂੰ ਸਾਰਾ ਮਾਸ ਖਵਾਇਆ ਰੋਕਿਆ ਨਹੀਂ, ਮੇਰੀ ਅੱਖਾਂ ਤੇ ਚੁੰਝ ਨਾ ਮਾਰੀ। ਕਾਂ ਕਹਿੰਦਾ ਕਿਉਂ ਨਾ ਮਾਰਾਂ? ਬਾਬਾ ਫਰੀਦ ਕਹਿੰਦਾ ਇੱਥੋਂ ਕਿੱਸਾ ਸ਼ੁਰੂ ਹੁੰਦਾ। ਹੁਣ ਲਾਓ ਤਾੜੀ, ਮੈਨੂੰ ਬੀਬੀ ਜੀ ਇਸੇ ਕਰਕੇ ਸੱਦਿਆ, ਉਹ ਮੇਰੇ ਬਾਪੂ ਜੀ ਬੈਠੇ ਆ ਵਿਚਕਾਰ, ਸ਼੍ਰੀ ਸ਼੍ਰੀ ਇੱਕ ਹਜ਼ਾਰ ਰਜਿੰਦਰ ਗਿਰੀ ਮਹਾਰਾਜ, ਤਾੜੀ ਲਾ ਦਿਓ ਮੇਰੇ ਬਾਪੂ ਲਈ। ਬਾਪੂ ਜੀ ਦੀ ਗੁਫਾ ਤੇ ਬੀਬੀ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਤੂੰ ਸਾਡੇ ਖਾੜੇ ਤੇ ਆਉਣਾ, ਤੇ ਉੱਥੇ ਆ ਕੇ ਵੀ ਏਦਾਂ ਹੀ ਸੰਗਤ ਦੀ ਸੇਵਾ ਕਰਨੀ ਹੈ। ਜਿਹਨੂੰ ਜਿਹਨੂੰ ਮਜ਼ਾ ਆ ਰਿਹਾ ਤਾੜੀ ਲਾ ਦਿਓ। ਇਹ ਬੀਬੀ ਜੀ ਕਰਾ ਰਹੇ ਆ, ਮੇਰੇ ਪਿਤਾ ਜੀ ਕਰਾ ਰਹੇ, ਮੇਰੇ ਪਾਤਸ਼ਾਹ ਕਰਾ ਰਹੇ ਆ। ਮੇਰੀ ਕਿ ਔਕਾਤ ਮੈਂ ਬੋਲ ਜਾਵਾਂ? ਜੇ ਉਹ ਮੈਨੂੰ ਜ਼ੁਬਾਨ ਹੀ ਨਾ ਦਿੰਦਾ ਤੇ ਮੈਂ ਤੁਹਾਡੇ ਨਾਲ ਗੱਲ ਕਰ ਪਾਉਂਦਾ। ਇਹ ਜ਼ੁਬਾਨ ਉਹਦੀ ਦਿੱਤੀ ਹੈ ਹਜ਼ੂਰ, ਉਹਦਾ ਸ਼ੁਕਰ ਮਨਾਵਾਂ। ਲਓ ਸੁਣੋ ਇੱਥੋਂ ਕਿੱਸਾ ਬਾਬੇ ਫਰੀਦ ਦੇ ਮੋਢੇ ਤੇ, ਮਾੜਾ ਮਾੜਾ ਤਬਲਾ। ਬਾਬੇ
ਮੈਨੂੰ ਇੱਕ ਗੱਲ ਦੱਸੋ, ਉਹ ਸੱਚੇ ਸਾਧੂ ਨਾਲ ਅੱਖਾਂ ਮਿਲਾਣੀਆਂ ਔਖੀਆਂ ਹੁੰਦੀਆਂ, ਬਹੁਤ ਤਾਂ ਗੁਰੂ ਜੀ ਦੀਆਂ ਅੱਖਾਂ 'ਚ ਅੱਖਾਂ ਪੈਂਦੀਆਂ, ਮੇਰੀਆਂ ਤਾਂ ਨਹੀਂ ਪੈਂਦੀਆਂ। ਪਾਓ ਸੱਚੇ ਫੱਕਰ ਨਾਲ ਅੱਖਾਂ ਪਾਓ ਪੈਂਦੀਆਂ, ਉਹ ਸੱਚੇ ਫੱਕਰ ਨਾਲ ਅੱਖਾਂ ਵੀ ਅੱਖਾਂ 'ਚ ਪੈਂਦੀਆਂ। ਤੇ ਫੱਕਰ ਦੇ ਸਰੀਰ ਦਾ ਮਾਸ ਖਾ ਗਿਆ ਤਾਂ ਕੋਈ ਉਹ ਪਾ ਕੋਈ ਐਵੇਂ ਨਹੀਂ ਸੀ, ਕੋਈ ਉਹ ਵੀ ਕਿਸੇ ਗੁਰੂ ਪੀਰ ਦਾ ਚੰਡਿਆ ਸੀ ਜਿਹੜਾ ਫੱਕਰ ਦੇ ਮਾਸ ਨੂੰ ਖਾ ਗਿਆ। ਹੁਣ ਗੌਰ ਨਾਲ ਸੁਣਿਓ, ਉਹ ਸਾਧੂ ਦੀ ਗੋਦੀ ਲਾ ਕੇ ਖਾ ਗਿਆ ਤਾਂ ਕੋਈ ਏਦਾਂ ਦਾ ਨਹੀਂ ਸੀ। ਉਹ ਫਰੀਦ ਨੇ ਆਪਣੇ ਗੁਰੂ ਨੂੰ ਕਿਹਾ ਸੀ, ਹਜ਼ੂਰ ਉਹ ਮੇਰਾ ਨਬੇੜਾ ਇਸੇ ਜਨਮ 'ਚ ਕਰ ਦਿਓ, ਮੇਰੀ ਅਗਲੇ ਜਨਮ ਜਨਮਾਂ ਦੇ ਵੀ ਦੁੱਖ ਮੈਨੂੰ ਇਸੇ ਜਨਮ 'ਚ ਦੇ ਦਿਓ, ਮੇਰਾ ਨਬੇੜਾ ਕਰ ਦਿਓ, ਨਬੇੜਾ ਕਰ ਦਿਓ, ਨਬੇੜਾ ਕਰ ਦਿਓ। ਫਿਰ ਉਹਨਾਂ ਦੇ ਪਾਤਸ਼ਾਹ ਨੇ, ਉਹਨਾਂ ਦੇ ਪੀਰੋ ਮੁਰਸ਼ਦ ਨੇ ਕਿਹਾ ਸੀ, ਤੇਰਾ ਨਬੇੜਾ ਇਸੇ ਜਨਮ 'ਚ ਕਰਾਂਗੇ, ਤੇਰੇ ਮੋਢੇ 'ਤੇ ਆ ਕੇ ਕਾਂ ਦੇਗਾ, ਤੇਰੀ ਗੋਟੀ ਗੋਟੀ ਲਾ ਕੇ ਖਾਏਗਾ, ਪਰ ਆਪਣੇ ਮੂੰਹ 'ਚੋਂ ਹਾਂ ਨਾ ਕੱਢੀ, ਅੱਲਾ ਕੱਢੀ। ਜਿਹੜਾ ਦੁੱਖ ਵੇਲੇ ਆਪਣੇ ਗੁਰੂ ਦਾ ਰਹਿੰਦਾ ਹੈ, ਜਿਹੜਾ ਦੁੱਖ ਵੇਲੇ ਗੁਰੂ ਨੂੰ ਯਾਦ ਕਰਦਾ, ਜਿਹੜਾ ਦੁੱਖ ਵੇਲੇ ਗੁਰੂ ਨਹੀਂ ਛੱਡਦਾ ਹੈ, ਉਹਦਾ ਨਬੇੜਾ ਇਸੇ ਜਨਮ 'ਚ ਹੋ ਜਾਂਦਾ ਹੈ। ਬੋਲੋ ਸੱਚੇ ਦਰਬਾਰ। ਹੁਣ ਸੁਣੋ, ਕਾਂ ਕਹਿੰਦਾ ਫਰੀਦ, ਉਹ ਤੂੰ ਆਪਣੇ ਗੁਰੂ ਦਾ ਕਹਿਣਾ ਮੰਨ ਕੇ ਮਾਸ ਖਵਾਉਣਾ, ਤੇ ਮੈਂ ਵੀ ਆਪਣੇ ਗੁਰੂ ਦਾ ਕਹਿਣਾ ਮੰਨ ਕੇ ਮਾਸ ਖਾਣਾ। ਉਹ ਜੇ ਤੂੰ ਆਪਣੇ ਗੁਰੂ ਦਾ ਕਹਿਣਾ ਨਹੀਂ ਟਾਲ ਸਕਦਾ, ਤੇ ਮੈਂ ਵੀ ਆਪਣੇ ਗੁਰੂ ਦਾ ਕਹਿਣਾ ਨਹੀਂ ਟਾਲ ਸਕਦਾ, ਮੈਂ ਵੀ ਤੇਰੀਆਂ ਅੱਖਾਂ ਖਾਣੀਆਂ ਹੀ ਖਾਣੀਆਂ। ਕਹਿ ਦਿਓ ਜੈ ਬਾਬੇ। ਫਰੀਦ ਨੂੰ ਪਤਾ ਲੱਗਿਆ ਗੱਲ ਤੇ ਸਹੀ ਹੈ, ਅਗਰ ਇਹ ਮੇਰਾ ਮਾਸ ਖਾਂਦਾ ਹੈ ਤੇ ਮੇਰੇ ਖੁਦਾ ਨੇ ਕਹਿ ਇਹਨੂੰ ਮਾਸ ਖਾ, ਤੇ ਜੇ ਮੈਨੂੰ ਅੱਖਾਂ ਤੋਂ ਰੋਕਾਂਗਾ ਇਹ ਰੁਕੇਗਾ ਨਹੀਂ, ਮੇਰੀਆਂ ਅੱਖਾਂ ਖਾਏਗਾ। ਫਿਰ ਫਰੀਦ ਨੇ ਇੱਕ ਮਸਲਾ ਹੱਲ ਕਰਾਇਆ, ਕਹਿੰਦਾ ਕਾਂ ਜੇ ਤੂੰ ਅੱਖਾਂ ਖਾਣੀਆਂ ਹੀ ਹੈ ਨਾ ਤੇ ਇੱਕ ਕੰਮ ਕਰ। ਕਾਂ ਕਹਿੰਦਾ ਉਹ ਕਿਹੜਾ? ਕਹਿੰਦਾ ਇੱਕ ਕੰਮ ਕਰ, ਤੇਰਾ ਵੀ ਮਸਲਾ ਹੱਲ ਹੋ ਜਾਊਗਾ, ਮੇਰਾ ਵੀ ਹੋ ਜਾਊਗਾ। ਕਾਂ ਕਹਿੰਦਾ ਉਹ ਕਿਵੇਂ? ਫਰੀਦ ਕਹਿੰਦਾ ਦਾਦਾ ਕਰਕੇ ਤੇ ਬੋਲਿਆ, ਸਗਲਾ ਖਾਇਆ ਮਾਸ, ਦੋਨੇ ਨਾ ਮਤ ਛੂਹਿਓ, ਮੋਹੇ ਪਿਆ ਮਿਲਣ ਕੀ ਆਸ, ਜੇ ਮੇਰੀਆਂ ਅੱਖਾਂ ਖਾਣੀਆਂ ਇੱਕ ਕੰਮ ਕਰ, ਦਾਦਾ ਨੈਣ ਨਿਕਾਲ ਕੇ ਪਹਿਲਾਂ ਖਾਈ ਨਾ, ਦਾਦਾ ਨੈਣ ਨਿਕਾਲ ਕੇ ਮੋਰੇ ਪਿਆ ਪਾਸ ਲੈ ਜਾ, ਪਹਿਲੇ ਦਰਸ ਕਰਾਈ ਦੇ। ਲੈਣਾ ਬਾਬਾ, ਚੱਲ ਹੱਥ ਉੱਤੇ ਲੈਣਾ ਬੇਟਾ।
ਤੇ ਨੀਚੇ ਕਰ ਦੋ। ਇੱਕ ਕੰਮ ਕਰ ਲੈਗਾ ਬਾਬਾ ਨੇ, ਪਤਾ ਕਿਹੜਾ ਕੰਮ? ਉਹ ਖਾ ਖਾ ਜੁੱਤੀਆਂ ਗੁਰੂ ਦੀਆਂ। ਹੁਣ ਗੁਰੂ ਮਾਰੇ ਜੁੱਤੀਆਂ ਤੇ ਬੰਦਾ ਕੋ ਕੀ ਕਰੇ ਜੇ ਬਾਬਾ ਲੈਣਾ ਦੇ। Thank you.
अच्छा जी माई के लिए मजा आ गया ताड़ी लादो माई Yeah.